ਮਨਾਂ ਦਾ ਗਾਇਕ ਚਾਹੁੰਦਾ ਸੀ ਲੇਕਿਨ ਕਿਤੇ ਹੱਥ ਨਹੀਂ ਪੈਣ ਨਾਲ ਗੁਰੂ ਅੱਛਾ ਨਹੀਂ ਮਿਲਣ ਨਾਲ ਮੈਂ ਐਜ਼ ਏ ਡਰਾਈਵਰ ਬਾਹਰ ਚਲਾ ਗਿਆ ਬਾਹਰੋਂ ਮੇਰਾ ਦੋਸਤ ਇੱਕ ਆਇਆ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਕੋਈ ਵੀ ਕੈਸਟ ਜਿਹੜਾ ਅੱਛਾ ਗਾਇਕੀ ਗਾਣ ਵਾਲਾ ਉਹਨਾਂ ਨੂੰ ਉਹ ਕੈਸਟ ਲਿਆਓ ਕੈਸਟ ਮਿਲ ਗਈ ਮੇਰੇ ਮਾਨ ਸਾਹਿਬ ਜੀ ਦੀ ਸੱਜਣਾ ਵੇ ਸੱਜਣਾ ਉਹ ਸਜਣਾ ਵੇ ਸਜਣਾ ਗੀਤ ਤੋਂ ਮੈਂ ਪ੍ਰਭਾਵਤ ਹੂੰ ਕਿ ਮਨ 'ਚ ਇਰਾਦਾ ਬਣਾਇਆ ਕਿ ਗੁਰੂ ਮੈਂ ਗੁਰਦਾਸਪਨ ਜੀ ਨੂੰ ਬਣਾਣਾ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਕਿੰਨੀ ਚੰਗੀ ਲੱਗਦੀ ਦੁਪਹਿਰ ਫੇਰ ਵੀ ਪਤਾ ਨਹੀਂ ਕਾ ਤੋਂ ਮੋਝੇ ਹਯਾਈ ਜਾਂਦਾ ਮੈਂ ਦੁਕਾਨ ਤੇ ਬੈਠਾ ਗਾਂ ਘਾਰਿਆ ਸੀ ਉਹ ਮੇਰੇ ਲੱਗੋ ਨਿਕਲੇ ਉਹਨਾਂ ਨੇ ਕਿਹਾ ਯਾਰ ਬਾਈ ਬੜਾ ਸੋਹਣਾ ਗੱਣਾ ਮੈਂ ਕਿਹਾ ਜੀ ਗੁਰੂ ਦੀ ਲੋੜ ਹੈ ਕਿਹਨੂੰ ਬਣਾਉਣਾ ਚਾਹਨਾ ਬੜੇ ਫਕਰ ਨਾਲ ਉਹਨਾਂ ਨੇ ਕਿਹਾ ਮੈਂ ਕਿਹਾ ਜੀ ਗੁਰਦਾਸ ਮਾਨ ਨੂੰ ਮੈਨੂੰ ਉਹਨਾਂ ਹੌਸਲਾ ਦਿੱਤਾ ਉਹ ਕਹਿੰਦੇ ਸਮਝ ਲਓ ਬਣ ਗਿਆ ਔਰ ਦੂਸਰੇ ਦਿਨ ਹੀ ਗੁਰਦਾਸ ਮਾਨ ਜੀ ਹਾਜੀਪੁਰ ਸਾਡੇ ਕੋਲ ਆ ਗਏ ਬਿਲਕੁਲ ਮੇਰੀ 10 ਦੁਕਾਨਾਂ ਦੇ ਨੇੜੇ ਔਰ ਦੁਪਹਿਰ ਨੂੰ ਅਸੀਂ ਜਦੋਂ ਮਿਲੇ ਤਾਂ ਫਿਰ ਖੁਸ਼ੀ ਦਾ ਕੋਈ ਅੰਤ ਹੀ ਨਹੀਂ ਰਿਹਾ ਉਹ ਉਹਨਾਂ ਨੇ ਫਿਰ ਕਿਹਾ ਵੀ ਯਾਰ ਬੰਦਾ ਤੈਨੂੰ ਯਾਦ ਕਰਨਾ ਕਰਦਾ ਹੈ ਗੁਰਦਾਸ ਉਹਨਾਂ ਨੇ ਕਿਹਾ ਵੀ ਪਟਿਆਲੇ ਲੈ ਕੇ ਆਇਓ ਜੀ ਪਟਿਆਲੇ ਜਾਣ ਨੂੰ ਵੀ ਸਾਨੂੰ ਫਿਰ ਵਿੱਚ 5-7 ਮਹੀਨੇ ਗੁਜ਼ਰ ਗਏ ਨਹੀਂ ਬਣਿਆ ਫਿਰ ਇੱਕ ਦਿਨ ਐਸੀ ਪ੍ਰਮਾਤਮਾ ਦੀ ਕਿਰਪਾ ਹੋਈ ਮੈਂ ਪਹੁੰਚ ਗਿਆ ਪਟਿਆਲੇ ਉਹਨਾਂ ਕੋਲ ਕਿ ਮਾਨ ਸਾਹਿਬ ਵੀ ਨੇ ਉਹਨਾਂ ਨੇ ਮਿਲਾਇਆ ਉੱਥੇ ਫਿਰ ਗੁਰੂ ਦੀ ਕਿਰਪਾ ਹੋ ਗਈ ਫਿਰ ਐਸੀ ਕਿਰਪਾ ਹੋਈ ਇੱਕ ਐਸਾ ਇੱਕ ਮਹਾਰਾਜ ਨੇ ਐਸਾ ਜੋੜ ਜੋੜਿਆ ਕਿ ਮੈਂ ਉਹਨਾਂ ਦੇ ਬਹੁਤ ਕਰੀਬ ਹੋ ਗਿਆ ਉਸ ਘਰ ਜੀ ਮੈਂ ਉਹਨਾਂ ਨੇ ਆਪਣੇ ਕੋਲ ਰੱਖਿਆ ਫਿਰ 2 ਸਾਲ ਮੈਂ ਮਿਹਨਤ ਕਰਨ ਦਾ ਉਹਨਾਂ ਨੇ ਸਮਝ ਦਿੱਤਾ ਲਾਲੀ ਸਾਲ ਮੈਨੂੰ ਉਹਨਾਂ ਨੇ ਵਧੀਆ ਕਮਰਾ ਇੱਕ ਦਿੱਤਾ ਔਰ ਇੰਨਾ ਮੈਨੂੰ ਉਹਨਾਂ ਨੇ ਕਿਹਾ ਕਿ ਤੇਰਾ ਦਿਲ ਕਰੇ ਆਪਣੇ ਕਮਰੇ ਵਿੱਚ ਕਿਸ ਨੂੰ ਸੌਣ ਦੇਂ ਬਹਿਣ ਦੇ ਸਾਡੇ ਘਰੇ 100 ਪਰੋਣਾ ਆਜੇ ਭਾਈ ਤੇਰੀ ਮਰਜ਼ੀ ਹੈ ਬਹਿਣ ਦੇ ਤੈਨ ਆਪ ਆ ਨਾਲੇ ਬਦਾਮ ਖਾ ਦੇ ਨਾਲੇ ਮੈਨੂੰ ਕਹਾ ਔਰ ਕੈਸੀ ਪਰ ਮੈਂ ਵੀ ਭੁੱਖ ਨਹੀਂ ਨਾ ਦਿਖਾਈ ਉਸਤੇ ਗੁਰੂ ਦੇ ਦਿਲ ਜਿੱਤਣ ਲਈ ਨੀਵੇਂ ਹੁਣ ਪੈਂਦਾ ਨਾ ਮਨ ਨੂੰ ਮਾਰਨਾ ਪੈਂਦਾ ਤੇ ਉਹ ਪਰਮਾਤਮਾ ਨੇ ਮੇਰੇ ਅੰਦਰ ਇੱਕ ਗੁੰਬਖਸ਼ਿਆ ਸੀ ਕਿ ਮੈਂ ਮੈਂ ਹੁਣ ਵੀ ਮੈਂ ਚੰਨਕ ਜੀ ਮੇਰੀ وجہ ਨਾਲ ਗੁਰੂ ਨੂੰ ਕੋਈ ਤਕਲੀਫ ਹੋਵੇ ਤਾਂ ਫਿਰ ਮੈਨੂੰ ਨਹੀਂ ਜੀਣਾ ਚਾਹੀਦਾ ਇਹ ਵੀ ਮੇਰੇ ਏਰੀਏ 'ਚ ਤਾਂ ਕੰਮ ਕੋਈ ਘੱਟ ਚੱਲਦਾ ਹੈ ਬਈ ਇਦਾਂ ਸਭੇ ਚਾਰ ਕੋਈ ਗੱਲ ਨਹੀਂ ਜਿਆਦੇ ਕੋਈ ਉਹ ਕਹਿੰਦੇ ਤੂੰ ਜਾ ਦੱਸੇ ਯਾਰ ਜਦੋਂ ਗਲੀ ਗਲੀ ਤੂੰ ਘੁੰਮ ਜਾ ਕੇ ਜਦੋਂ ਤੈਨੂੰ ਲੋਕੀ ਕੰਜਰ ਕਹਿਣਗੇ ਤੋ ਸਮਝੇ ਰੰਗ ਚੜ ਗਿਆ ਤੇ ਫਿਰ ਅਸੀਂ ਵੀ ਗੁਰੂ ਜੀ ਨੇ ਜੋ ਸਾਨੂੰ ਕਿਹਾ ਅਸੀਂ ਉਸ ਡਿਊਟੀ ਤੇ ਪੂਰੇ ਉਤਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਜਿਆਦੇ ਮਾਨ ਮੈਨੂੰ ਮਿਲਿਆ ਜੀ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਲਗਦੀ ਮਡਾਲੀ ਸ਼ਰੀਪਾ ਸੀ ਗਾਰੇ ਸੀ ਤੇ ਬਾਜੀ ਹੁਣ ਗੁਰਦਾਸ ਜੀ ਹੁਣਾਂ ਨੇ ਵੀ ਆਉਣਾ ਸੀ ਤੇ ਮੇਰੀ ਡਿਊਟੀ ਸੀ ਸਵੇਰੇ ਸਵੇਰੇ ਤੇ ਮੈਂ ਗਾ ਰਿਆਂ ਤਾਂ ਪੂਲਾ ਗੇਟ ਚ ਆ ਰਿਆ ਤੇ ਮੈਂ ਗਾ ਮੈ ਰਿਆਂ ਪੂਲੇ ਦੇ ਦਿਮਾਗ ਚ ਆਇਆ ਵੀ ਬਾਜੀ ਗੁਰਦਾਸ ਜੀ ਗਾ ਰਹੇ ਤੇ ਦਾ ਆਵਾਜ਼ ਸ੍ਰੀ ਪ੍ਰਮਾਤਮਾ ਵੱਲੋਂ ਹੀ ਆ ਜੀ ਕੋਈ ਤੇ ਉਹ ਪੂਲਾ ਜਦੋਂ ਆਇਆ ਤੇ ਅੱਗੇ ਗਾ ਰਿਆ ਸੀ ਮੈਂ ਤਾਂ ਮੈਨੂੰ ਕਹਿੰਦਾ ਯਾਰ ਤੂੰ ਤਾਂ ਮੈਨੂੰ ਅੱਜ ਮਾਰਤਾ ਕਿ ਮੈਂ ਤਾਂ ਸੋਚ ਰਿਹਾ ਭਾਜੀ ਡਿਊਟੀ ਲਾਰੇ ਤਾਂ ਮੈਂ ਲੇਟ ਹੋ ਗਿਆ ਸੀ ਜਿਨਾ ਵਿੱਚ ਸਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਕਿੰਨੀ ਚੰਗੀ ਲਗਦੀ ਦੁਪਹਿਰ ਫੇਰ ਵੀ ਪਤਾ ਨਹੀਂ ਕਾ ਤੋਂ ਮੋਝੇ ਹਯਾਈ ਜਾਂਦਾ ਭਾਵੇਂ ਸਾਡੇ ਸੜ ਗਏ ਨੇ ਪੈਰ ਭਾਵੇਂ ਸਾਡੇ ਉਜ ਗਏ ਨੇ ਪੈਰ ਸਜਣਾ ਦਿਰਨਾ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਤੁਹਾਨੂੰ ਬੇਹਦ ਖਾਸ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਲੋਕ ਗਾਇਕੀ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਸੀ ਤਾਂ ਕਹਿ ਦਈਏ ਗੁਰਦਾਸ ਮਾਨ ਸਾਹਿਬ ਦੇ ਪੁਰਾਣੇ ਸਾਥੀ ਤੇ ਉਹਨਾਂ ਦੇ ਸ਼ਗਿਰਦ ਪ੍ਰਤਾਪ ਰਾਣਾ ਜੀ ਸਾਡੇ ਨਾਲ ਨੇ ਇਹ ਲਗਾਤਾਰ ਇਹਨਾਂ ਨੂੰ ਕਹਿ ਲਿਆ ਕੀ ਲੋਕ ਗਾਇਕੀ ਦੇ ਵਿੱਚ ਚੰਗਾ ਨਾਮ ਸੀਗਾ ਤਾਂ ਮੇਲਿਆਂ ਦਾ ਮੋਹਰੀ ਵੀ ਕਿਹਾ ਜਾਂਦਾ ਸੀ ਇਹਨਾਂ ਨੂੰ ਇਹਨਾਂ ਤੋਂ ਜਾਣਦੇ ਹਾਂ ਕਿ ਸਫ਼ਰ ਕਦੋਂ ਸ਼ੁਰੂ ਹੋਇਆ ਤੇ ਮਾਨ ਸਾਹਿਬ ਦੇ ਨਾਲ ਕਦੋਂ ਮਿਲੇ ਸਾਰੀ ਗੱਲਬਾਤ ਕਰਦੇ ਆ ਤੁਹਾਨੂੰ ਵੀ ਮਾਨ ਸਾਹਿਬ ਦੇ ਪੁਰਾਣੇ ਜਿਹੜੀਆਂ ਨਾਲ ਕਿਸੇ ਹੈਗੇ ਉਹ ਵੀ ਸੁਣਾਵਾਂਗੇ ਥੋੜਾ ਬਹੁਤ ਬਹੁਤ ਸਵਾਗਤ ਹੈ ਜੀ ਰਾਣਾ ਜੀ ਧੰਨਵਾਦ ਜੀ ਧੰਨਵਾਦ ਸ਼ਰਮਾ ਜੀ ਰਾਣਾ ਜੀ ਮਾਨ ਸਾਹਿਬ ਦੇ ਨਾਲ ਇਹ ਦੱਸੋ ਵੀ ਗਾਇਕੀ ਦਾ ਤੁਹਾਡਾ ਸਫਰ ਸ਼ੁਰੂ ਕਦੋਂ ਕਿਉਂਕਿ ਸਾਨੂੰ ਇਹ ਜਾਣਕਾਰੀ ਮਿਲੀ ਤੁਸੀਂ ਲੀਬੀਆ ਚਲੇ ਗਏ ਸੀਗੇ ਇਹ ਫਿਰ ਕਿਵੇਂ ਲਿੰਕ ਚ ਆਏ ਕਿਵੇਂ ਤੁਹਾਨੂੰ ਕਿ ਗਾਇਕੀ ਆਪਾਂ ਸ਼ੁਰੂ ਕਰਨੀ ਹੈ ਐਦਾਂ ਜੀ ਵੀ ਮੈਂ ਐਜ਼ এ ਡਰਾਈਵਰ ਲੀਬੀਆ ਚਲਾ ਗਿਆ ਮਰਨਾ ਤਾਂ ਗਾਇਕ ਚਾਹੁੰਦਾ ਸੀ ਲੇਕਿਨ ਕਿਤੇ ਹੱਥ ਨਹੀਂ ਪੈਣ ਨਾਲ ਗੁਰੂ ਅੱਛਾ ਨਹੀਂ ਮਿਲਣ ਨਾਲ ਮੈਂ ਐਜ਼ এ ਡਰਾਈਵਰ ਬਾਹਰ ਚਲਾ ਗਿਆ ਬਾਹਰੋਂ ਮੇਰਾ ਦੋਸਤ ਇੱਕ ਆਇਆ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਕੋਈ ਵੀ ਕੈਸਟ ਜਿਹੜਾ ਅੱਛਾ ਗਾਇਕ ਕੀ ਗਾਣ ਵਾਲਾ ਉਹਨਾਂ ਨੂੰ ਉਹ ਕੈਸਟ ਲਿਆਓ ਕੈਸਟ ਮਿਲ ਗਈ ਮੇਰੇ ਮਾਨ ਸਾਹਿਬ ਜੀ ਦੀ ਸੱਜਣਾ ਵੇ ਸੱਜਣਾ ਉਹ ਸੱਜਣਾ ਵੇ ਸੱਜਣਾ ਗੀਤ ਤੋਂ ਮੈਂ ਪ੍ਰਭਾਵਿਤ ਹੋ ਕੇ ਮਨ 'ਚ ਇਰਾਦਾ ਬਣਾਇਆ ਕਿ ਗੁਰੂ ਮੈਂ ਗੁਰਦਾਸ ਮਾਨ ਜੀ ਨੂੰ ਬੁਲਾਣਾ ਫਿਰ ਚਲਦਿਆਂ ਰਹੀਆਂ ਇਦਾਂ ਥੋੜੀਆਂ ਬਹੁਤੀਆਂ ਪਰ ਲੇਕਿਨ ਉੱਥੇ ਨਹੀਂ ਮੈਂ ਪਹੁੰਚ ਸਕਿਆ ਖਾਰਕੇ ਮੈਂ ਆਪਣੀ ਇੱਕ ਛੋਟੀ ਜੀ ਦੁਕਾਨ ਹਾਜੀਪੁਰ ਸ਼ਹਿਰ ਚ ਬਣਾ ਲਈ ਤੇ ਉੱਥੇ ਫਿਰ ਪਰਮਾਤਮਾ ਦੀ ਕਿਰਪਾ ਹੋਈ ਮੇਰਾ ਇੱਕ ਦੋਸਤ ਮਿਲਿਆ ਜਿਹੜਾ ਕਿ ਮਾਨਸਾਪ ਦੇ ਬੜਾ ਕਰੀਬ ਸੀ ਉਹਨਾਂ ਨੇ ਮੈਂ ਦੁਕਾਨ ਤੇ ਬੈਠੇ ਗਾ ਗਾ ਰਿਹਾ ਸੀ ਉਹ ਮੇਰੇ ਲੱਗੋ ਨਿਕਲੇ ਉਹਨਾਂ ਨੇ ਕਿਹਾ ਯਾਰ ਬਾਈ ਬੜਾ ਸੋਹਣਾ ਗਾਣਾ ਮੈਂ ਕਿਹਾ ਜੀ ਗੁਰੂ ਦੀ ਲੋੜ ਹੈ ਕਿਹਨੂੰ ਬਣਾਣਾ ਚਾਹਨਾ ਬੜੇ ਫਕਰ ਨਾਲ ਉਹਨਾਂ ਨੇ ਕਿਹਾ ਮੈਂ ਕਿਹਾ ਜੀ ਗੁਰਦਾਸ ਮਾਨ ਨੂੰ ਮੈਨੂੰ ਉਹਨਾਂ ਹੌਸਲਾ ਦਿੱਤਾ ਉਹ ਕਹਿੰਦੇ ਸਮਝ ਲਓ ਬਣ ਗਿਆ ਔਰ ਦੂਸਰੇ ਦਿਨ ਹੀ ਗੁਰਦਾਸ ਮਾਨ ਜੀ ਹਾਜੀਪੁਰ ਸਾਡੇ ਕੋਲ ਆ ਗਏ ਬਿਲਕੁਲ ਮੇਰੀ 10 ਦੁਕਾਨਾਂ ਦੇ ਨੇੜੇ ਔਰ ਦੁੱਪਹਿਰ ਨੂੰ ਅਸੀਂ ਜਦੋਂ ਮਿਲੇ ਤਾਂ ਫਿਰ ਖੁਸ਼ੀ ਦਾ ਕੋਈ ਅੰਤ ਹੀ ਨਹੀਂ ਰਿਹਾ ਉਹ ਉਹਨਾਂ ਨੇ ਫਿਰ ਕਿਹਾ ਵੀ ਯਾਰ ਬੰਦਾ ਤੈਨੂੰ ਯਾਦ ਕਰਨਾ ਕਰਦਾ ਹੈ ਗੁਰਦਾਸ ਉਹਨਾਂ ਨੇ ਕਿਹਾ ਵੀ ਪਟਿਆਲੇ ਲੈ ਕੇ ਆਇਓ ਜੀ ਪਟਿਆਲੇ ਜਾਣ ਨੂੰ ਵੀ ਸਾਨੂੰ ਫਿਰ ਵਿੱਚ 5-7 ਮਹੀਨੇ ਗੁਜ਼ਰ ਗਏ ਨਹੀਂ ਬਣਿਆ ਫਿਰ ਇੱਕ ਦਿਨ ਐਸੀ ਪਰਮਾਤਮਾ ਦੀ ਕਿਰਪਾ ਹੋਈ ਮੈਂ ਪਹੁੰਚ ਗਿਆ ਪਟਿਆਲੇ ਉਹਨਾਂ ਕੋਲ ਤੇ ਮਾਨ ਸਾਹਿਬ ਜੀ ਨੇ ਉਹਨਾਂ ਨੇ ਮਿਲਾਇਆ ਉੱਥੇ ਫਿਰ ਗੁਰੂ ਦੀ ਕਿਰਪਾ ਹੋ ਗਈ ਫਿਰ ਐਸੀ ਕਿਰਪਾ ਹੋਈ ਇੱਕ ਐਸਾ ਇੱਕ ਮਹਾਰਾਜ ਨੇ ਐਸਾ ਜੋੜ ਜੋੜਿਆ ਕਿ ਮੈਂ ਉਹਨਾਂ ਦੇ ਬਹੁਤ ਕਰੀਬ ਹੋ ਗਿਆ ਉਸ ਘਰ 'ਚ ਹੀ ਮੈਨੂੰ ਉਹਨਾਂ ਨੇ ਆਪਣੇ ਕੋਲ ਰੱਖਿਆ ਫਿਰ 2 ਸਾਲ ਮੈਨੂੰ ਮਿਹਨਤ ਕਰਨ ਦਾ ਉਹਨਾਂ ਨੇ ਸਮਾਂ ਦਿੱਤਾ ਔਰ ਛੇ ਮੇ ਸਤ ਮੇ ਦੇਣੀ ਉਹ ਮੇਰੀ ਜਿਹੜੀ ਮਿਹਨਤ ਸੀ ਪ੍ਰਮਾਤਮਾ ਵੱਲੋਂ ਉਹਨਾਂ ਨੂੰ ਅੱਛੀ ਲੱਗੀ ਤੇ 2 ਸਾਲ ਮੈ ਰਹਿਆ ਮੈਨੂੰ ਘਰ ਚ ਹੀ ਰਹਿਣ ਨੂੰ ਜਗ੍ਹਾ ਦਿੱਤੀ ਸੀ ਬੜਾ ਮਾਨ ਸਤਕਾਰ ਖਾਣਾ ਪਾਣਾ ਲੰਗਰ ਜੋ ਵੀ ਮਤਲਬ ਉਸ ਘਰ ਚ ਮੈਨੂੰ ਮਿਲਿਆ ਫਿਰ 2 ਸਾਲ ਤੋਂ ਬਾਅਦ ਮੇਰੀ ਮਿਹਨਤ ਤੋਂ ਖੁਸ਼ ਸੀ ਉਹਨਾਂ ਨੇ ਕਿਹਾ ਵੀ ਹੁਣ ਜਾਓ ਤੇ ਤੁਸੀਂ ਆਪਣਾ ਜਾ ਕੇ ਕਾਰੋਬਾਰ ਕਰੋ ਫਿਰ ਇੱਥੇ ਆ ਕੇ ਕਿੰਨੀ ਕਿਰਪਾ ਹੋਈ ਏ ਮਕੇਰੀਆਂ ਛੋਟਾ ਜਿਹਾ ਮੈਂ ਇੱਕ ਆਫਿਸ ਬਣਾਇਆ ਬਹੁਤ ਜਾਦੇ ਪ੍ਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ ਮਿਲੇ ਕੈਸ਼ ਤਾਂ ਜੋ ਵੀ ਬਾਹਰ ਵੀ ਲਾਇ ਟੂ ਰੱਚੇ ਅੱਛੇ ਗਾਇਕਾਂ ਦੇ ਵਿੱਚ ਬਹਿਣ ਦਾ ਮੌਕਾ ਮਿਲਿਆ ਸਭ ਤੋਂ ਮਾਨ ਮਿਲਿਆ ਬਾਜੀ ਦੇ ਨਾਮ ਕਰਕੇ ਮਾਨ ਸਾਹਿਬ ਜੀ ਦੇ ਨਾਮ ਤੇ ਮੈਨੂੰ ਜਿਹੜਾ ਨਹੀਂ ਵੀ ਚਾਹੁੰਦਾ ਸੀ ਉਹ ਵੀ ਪਿਆਰ ਕਰਦਾ ਸੀ ਸੋ ਬਹੁਤ ਪਿਆਰ ਕਰਨ ਤੋਂ ਬਾਅਦ ਫਿਰ ਵਿੱਚ ਕੁਝ ਐਕਸੀਡੈਂਟ ਹੋ ਗਏ ਐਕਸੀਡੈਂਟ ਨੇ ਮੈਂ ਥੋੜਾ ਜਿਹਾ ਕੁਝ ਗਾਇਕੀ ਜਿਹੜੀ ਹੈ ਬੜੀ ਅ ਤੌਰ ਬਦਲ ਗਿਆ ਤੌਰ ਬਦਲ ਗਿਆ ਆ ਜਿਹੜੇ ਅਸੀਂ ਨਹੀਂ ਜਿਹੜਾ ਕੰਮ ਕਰ ਸਕਦੇ ਸੀ ਗਾਇਕੀ ਲੋਕ ਉਹਨੂੰ ਪਸੰਦ ਕਰਨ ਲੱਗ ਪਏ ਗਿੱਧੇ ਪੰਗੜੇ ਸਾਡੇ ਪਰ ਮੰਨਣ ਚੱਠੇ ਇਸ ਲੱਗੀ ਵੀ ਯਾਰ ਆ ਤਾਂ ਅੱਜ ਫੇਰ ਮਾਨ ਸਰਕਾਰ ਨੇ ਆਪ ਦੀ ਸਰਕਾਰ ਨੇ ਇੱਕ ਗਾਇਕੀ ਨੂੰ ਸਾਨੂੰ ਗਾਇਕਾਂ ਨੂੰ ਸਾਡੇ ਵਰਗੇ ਟੁੱਟੇ ਗਏ ਕਿ ਉਹਨੂੰ ਹੌਸਲਾ ਦਿੰਦਾ ਹੈ ਦੇ ਦੁਬਾਰਾ ਮੁੜ ਕੇ ਚੰਗੇ ਗਾਣੇ ਵਾਲੇ ਦਾ ਨਾਂ ਅੱਗੇ ਆਊਗਾ ਤੇ ਫੇਰ ਸਾਨੂੰ ਇਹ ਸਾਡੇ ਬਾਜ ਬੰਟੀ ਜੀ ਜਿੰਨਾ ਭਰਾਮਣੇ ਕਹਿ ਕੇ ਯਾਰ ਭਾਜੀ ਆ ਤੂੰ ਆਪਾਂ ਇੱਕ ਵਾਰੀ ਫੇਰ ਉਪਰਾ ਲਗਾ ਨਾ ਮੈਂ ਮੇਰਾ ਤਾਂ ਦਿਲ ਟੁੱਟਿਆ ਸੀ ਯਾਨੀ ਬਿਲਕੁਲ ਬਹੁਤ ਗਾਇਕ ਐਸੀ ਹੈ ਕਹਿ ਲਈ ਕਿ ਲੋਕ ਗਾਇਕੀ ਨੇ ਜੁੜੇ ਸੀ ਕਿ ਪਰ ਗਾਇਕਾਂ ਦਾ ਗਾਣੇ ਦਾ ਦੌਰ ਬਦਲ ਗਿਆ ਪਰ ਉਹ ਪਿੱਛੇ ਹੋ ਗਏ ਕਾਫੀ ਹਾਂਜੀ ਹਾਂਜੀ ਮਤਲਬ ਜਿੰਨੇ ਅੱਛੇ ਬੰਦੇ ਇਸ ਗਾਇਕੀ ਨੂੰ ਲੈਣ ਆਲੇ ਸੀ ਜੇ ਸੱਭਿਆਚਾਰਕ ਗੱਲ ਕਰਨ ਵਾਲੇ ਉਹਨਾਂ ਨੂੰ ਤਾਂ ਠੇਸ ਲਗੀ ਨਾ ਉਹਨਾਂ ਦੇ ਮਨ ਨੂੰ ਕਿਉਂਕਿ ਹੁਣ ਜਿੱਥੇ ਵੀ ਅਸੀਂ ਗਾਣ ਜਾਣਾ ਉੱਥੇ ਜਦੋਂ ਰੰਗ ਹੀ ਨਹੀਂ ਸਾਡਾ ਚਾਹ ਹੁੰਦਾ ਸੀ ਗਾਣ ਜਾਂਦੇ ਸੀ ਟੌਰ ਬਣਾਣ ਜਾਂਦੇ ਸੀ ਗੁਆਣ ਥੋੜੀ ਜਾਂਦੇ ਸੀ ਅਸੀਂ ਫਿਰ ਉਹਨੂੰ ਨਹੀਂ ਗਾਣਾ ਗੁਰੂ ਦਾ ਨਾਂ ਨਾ ਖਰਾਬ ਹੋਵੇ ਮਾਤਾ ਪਿਤਾ ਦਾ ਨਾਂ ਨਾ ਖਰਾਬ ਹੋਵੇ ਆਪਾਂ ਉਹਨੂੰ ਪਿੱਛੇ ਕਰ ਲਿਆ ਆਪਣੇ ਆਪ ਮਨ ਮਾਰ ਕੇ ਅੱਜ ਫਿਰ ਇੱਕ ਉਮੀਦ ਜਾਗੀ ਹੈ ਜਿਸ ਕਰਕੇ ਅਸੀਂ ਮੈਦਾਨ ਚ ਆਉਣ ਦੀ ਕੋਸ਼ਿਸ਼ ਕਰਨ ਲੱਗੇ ਆਂ ਔਰ ਉਮੀਦ ਹੈ ਕਿ ਜਿੱਦਾਂ ਲੋਕਾਂ ਨੇ ਸਾਨੂੰ ਪਹਿਲੇ ਮਾਨ ਦਿੱਤਾ ਅੱਛੇ ਗਾਇਕਾਂ 'ਚ ਅੱਛੇ ਲੋਕਾਂ ਤੋਂ ਮੈਨੂੰ ਬਹੁਤ ਪਿਆਰ ਮਿਲਿਆ ਮੇਰੀ ਹੈਸੀਅਤ ਨੇ ਉਹ ਸਾਰਾ ਮੇਰੇ ਗੁਰੂ ਜੀ ਨੂੰ ਕ੍ਰੈਡਿਟ ਜਾਂਦਾ ਮਾਨ ਸਾਹਿਬ ਜੀ ਨੇ ਜਿਨ੍ਹਾਂ ਨੇ ਕਿਰਪਾ ਕੀਤੀ ਉਹਨਾਂ ਦੇ ਮਿਜਿਸ਼ਨਾ ਨੇ ਉਹਨਾਂ ਦੇ ਪਰਿਵਾਰ ਵੱਲੋਂ ਮੈਨੂੰ ਬਹੁਤ ਪਿਆਰ ਮਿਲਿਆ ਮੇਰੀ ਮੈਂ ਸੋਚ ਵੀ ਨਹੀਂ ਸਕਦਾ ਜਿੰਨਾ ਮੈਨੂੰ ਪਿਆਰ ਮਿਲਿਆ ਕੋਈ ਮੇਰਾ ਸਭ ਤੋਂ ਵੱਡਾ ਇਹੀ ਹੈ ਕਿ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਦਾ ਨਾਂ ਜੁੜਿਆ ਹੈ ਉਹਨਾਂ ਦੇ ਗੀਤ ਜਿਹੜਾ ਵੀ ਹੋਵੇ ਮੈਂ ਉਹਨਾਂ ਦੇ ਗੀਤ ਗਾ ਕੇ ਆਪਣਾ ਟਾਈਮ ਕਿਉਂਕਿ ਮੈਨੂੰ ਉਸ ਲੈਵਲ ਦਾ ਕੋਈ ਗੀਤ ਵੀ ਨਹੀਂ ਮਿਲਿਆ ਜਿਹੜਾ ਜਿਹਨ ਮੈਂ ਗਾ ਸਕਾਂ ਫਿਰ ਮੈਂ ਆਪਣਾ ਸਫਰ ਜੀਵਨ ਦਾ ਉਹਨਾਂ ਦੇ ਗੀਤਾਂ ਨੂੰ ਚਲੋ ਮੈਂ ਉਦਾਂ ਤਾਂ ਨਹੀਂ ਗਾ ਸਕਦਾ ਥੋੜਾ ਬਹੁਤਾ ਵੱਧ ਘਟ ਜਿੱਦਾਂ ਰੋੜ ਮੋੜ ਕੇ ਜਿੰਨੀ ਕਿ ਮੈਨੂੰ ਉਹ ਸੁਜੀ ਹੈ ਉਸ ਦਾ ਆਮਣਾ ਕਰਕੇ ਪਰ ਲੋਕਾਂ ਨੇ ਮੈਨੂੰ ਕਦੇ ਵੀ ਨਿੰਦਿਆ ਨਹੀਂ ਬਾਹਰ ਵੀ ਮੈਂ ਗਏ ਦੋ ਤਿੰਨ ਮ ਮਾਰਕਾ ਦੇ ਗੇੜੇ ਵੀ ਲਾਏ ਹੈ ਇੰਗਲੈਂਡ ਦੇ ਵੀ ਲਾਏ ਹੈ ਕਿਤੇ ਵੀ ਮੈਨੂੰ ਮਤਲਬ ਮਹਿਸੂਸ ਨਹੀਂ ਹੋਇਆ ਕਿ ਮੇਰੇ ਗੁਰੂ ਨੂੰ ਕੋਈ ਤੰਬਾ ਲੱਗਿਆ ਹੋਗਾ ਮੈਨੂੰ ਮਾਂ ਨਹੀਂ ਮਿਲਿਆ ਜੇ ਮੈਂ ਪੁੱਠਾ ਵੀ ਗਿਆ ਸਿੱਧਾ ਵੀ ਗਿਆ ਲੋਕਾਂ ਨੇ ਬੱਲੇ 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 ਹੀ ਹੋਈ ਹੈ ਸਾਫ ਸੁਥਰੀ ਗਾਇਕ ਜਿਵੇਂ ਅੱਜ ਵੀ ਮਾਨ ਸਾਹਿਬ ਦੇ ਕਹਿ ਲਿਆ ਕਿ ਬਹੁਤ ਲੋਕ ਸੁਣਦੇ ਨੇ ਇਹ ਇਹ ਦੱਸੋ ਪਹਿਲਾ ਜਦੋਂ ਤੁਸੀਂ 2 ਸਾਲ ਦੀ ਤੁਹਾਡੀ ਮਾਨ ਸਾਹਿਬ ਨੇ ਪੂਰੀ ਟ੍ਰੇਨਿੰਗ ਤੁਹਾਨੂੰ ਦਿੱਤੀ ਗਾਇਕੀ ਦੇ ਗੁਰ ਸਿਖਾਈ ਪਹਿਲਾ ਥੋੜਾ ਗੀਤ ਕਦੋਂ ਆਇਆ ਸੀਗਾ ਕਿਹੜਾ ਗੀਤ ਆਇਆ ਸੀ ਉਹ ਮੇਰੀ ਕੈਸੇਡ ਆਈ ਸੀ ਜੀ ਇੱਕ ਲਾਰਾ ਨਹੀਂ ਲਾਰਾ ਬਨਮੇ ਦੇ ਵਿੱਚ ਕਿਉਂਕਿ 90 ਚ ਮੈਂ ਉਹਨਾਂ ਕੋਲ ਸੀ ਤੇ 90 ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਹੁਣ ਜਾਓ ਆਪਣੀ ਟੀਮ ਬਣਾਓ ਤੇ ਕਰੋ ਕੰਮ ਤੇ ਅਸੀਂ ਆ ਕੇ ਕੈਸੇਡ ਇੱਕ ਲਾਰਾ ਨਹੀਂ ਲਾਰਾ ਇਹ ਕੱਢੀ ਉਹਦੇ ਵਿੱਚ 8 ਗੀਤ ਆ ਉਹ ਤੋਂ ਬਾਅਦ ਫਿਰ ਮੈਂ ਲਾਰਿਆਂ ਦੇ ਵਿੱਚ ਮਤਲਬ ਤਿੰਨ ਕੈਸਟਾਂ ਕੱਢੀਆਂ ਮੇਲੇ ਬੋਤ ਲੈ ਮਿੱਲਾ ਤਾਂ ਇਦਾਂ ਸੀ ਦੇਖੋ ਜੀ ਮੈਂ ਔਰ ਉਹ ਗੱਲ ਉੱਥੇ ਭਾਜੀ ਹੁਣਾਂ ਤੱਕ ਵੀ ਪਹੁੰਚੀ ਭਾਜੀ ਉਹਨਾਂ ਨੇ ਮੈਨੂੰ ਕਿਹਾ ਯਾਰ ਪ੍ਰਤਾਪ ਬੜੀ ਬੱਲੇ ਬੱਲੇ ਹੈ ਮੁਰਾਦ ਸ਼ਾਹ ਜੀ ਦਰਬਾਰ ਤੇ ਅਸੀਂ ਬੈਠੇ ਸੀ ਤੇ ਮੈਨੂੰ ਕਹਿੰਦੇ ਪ੍ਰਤਾਪ ਯਾਰ ਬੜਾ ਵਧੀਆ ਮੈਂ ਕਿਹਾ ਭਾਜੀ ਆਉਂਦਾ ਤਾਂ ਕੁਝ ਨਹੀਂ ਪਰ ਜਿੱਦਾਂ ਖੜੇ ਹੁੰਨੇ ਆ ਉਹ ਲੋਕੀ ਵਾਹ ਵਾਹ ਕਰਦੇ ਉਹ ਕਹਿੰਦੇ ਬਸ ਸਿੱਖਣਾ ਤਾਂ ਹੈ ਹੀ ਕੁਝ ਨਹੀਂ ਕਿਉਂਕਿ ਉਹਨਾਂ ਦਾ ਆਸ਼ੀਰਵਾਦ ਮੇਰੇ ਤੇ ਬਿਲਕੁਲ ਮਤਲਬ ਅੰਦਰੋਂ ਹੈ ਇਹ ਨਹੀਂ ਕਿ ਇੱਕ ਤਾਂ ਹੁੰਦਾ ਨਾ ਉਹ ਬੜਾ ਮੈਨੂੰ ਪਿਆਰ ਕਰਦੇ ਆ ਪਤਾ ਨਹੀਂ ਕਿਉਂ ਕਰਦੇ ਆ ਕਿਹੜੀ ਗੱਲ ਕਰੇ ਕਰੇ ਫਿਰ ਕਿੰਨੇ ਚਿਰ ਕਰ ਰਹੀ ਤੁਸੀਂ ਉਹਨਾਂ ਦੇ ਨਾਲ ਸਾਹਿਬ ਮੈਂ ਜੀ 2 ਸਾਲ ਮੈਨੂੰ ਉਹਨਾਂ ਨੇ ਵਧੀਆ ਕਮਰਾ ਇੱਕ ਦਿੱਤਾ ਔਰ ਇੰਨਾ ਮੈਨੂੰ ਉਹਨਾਂ ਨੇ ਕਹਿ ਕੇ ਤੇਰਾ ਦਿਲ ਕਰੇ ਆਪਣੇ ਕਮਰੇ ਵਿੱਚ ਕਿਸੇ ਨੂੰ ਸੌਣ ਦੇ ਬਹਿਣ ਦੇ ਸਾਡੇ ਘਰੇ 100 ਪੁਰਾਣਾ ਆਜੇ ਭਾਈ ਤੇਰੀ ਮਰਜ਼ੀ ਹੈ ਬਹਿਣ ਦੇ ਤਾਂ ਆਪ ਆ ਨਾਲੇ ਬਦਾਮ ਖਾ ਦੇ ਨਾਲੇ ਮੈਨੂੰ ਕਹਾ ਔਰ ਕੈਸੀ ਪਰ ਮੈਂ ਵੀ ਭੁੱਖ ਨਹੀਂ ਨਾ ਦਿਖਾਈ ਉਸਤੇ ਗੁਰੂ ਦੇ ਦਿਲ ਜਿੱਤਣ ਲਈ ਨੀਵੇਂ ਹੋਣਾ ਪੈਂਦਾ ਨਾ ਮਨ ਨੂੰ ਮਾਰਨਾ ਪੈਂਦਾ ਤੇ ਉਹ ਪ੍ਰਮਾਤਮਾ ਨੇ ਮੇਰੇ ਅੰਦਰ ਇੱਕ ਗੁਣ ਬਖਸ਼ਿਆ ਸੀ ਕਿ ਮੈਂ ਮੈਂ ਹੁਣ ਵੀ ਮੈਂ ਚਾਹਨਾ ਕਿ ਜੇ ਮੇਰੀ وجہ ਨਾਲ ਗੁਰੂ ਨੂੰ ਕੋਈ ਤਕਲੀਫ ਹੋਵੇ ਤਾਂ ਫਿਰ ਮੈਨੂੰ ਨਹੀਂ ਜੀਣਾ ਚਾਹੀਦਾ ਅਗਰ ਮਾਤਾ ਪਿਤਾ ਨੂੰ ਗੁਰੂ ਜੀ ਨੂੰ ਤਕਲੀਫ ਕੋਈ ਹੋਵੇ ਤੇ ਮੈਂ ਇਹ ਚਾਹਨਾ ਕਿ ਉਹਨਾਂ ਦੇ ਗੀਤ ਗਾ ਕੇ ਅੱਛੇ ਗੀਤ ਗਾ ਕੇ ਉਹਨਾਂ ਦੇ ਅੰਦਰ ਮੇਰੀ ਹੋਰ ਜਗਾ ਬਣੇ ਇੱਕ ਉਹ ਵੀ ਕਿੱਸਾ ਸੀ ਚਾਹਾਂਗੇ ਸਾਡੇ ਦਰਸ਼ਕ ਜਿਹੜੇ ਉਹਨਾਂ ਨੂੰ ਸੁਣਾਉ ਦਸੀਂ ਜਦੋਂ ਉਹਨੇ ਕਿਹਾ ਸੀ ਕਿ ਤੁਸੀਂ ਜਾਓ ਟੀਮ ਬਣਾਓ ਕਿਸੇ ਕੋਲੇ ਜਾਣਾ ਨਹੀਂ ਪ੍ਰੋਗਰਾਮ ਵਾਸਤੇ ਖੁਦ ਪ੍ਰੋਗਰਾਮ ਆਉਣਗੇ ਇਹ ਕੀ ਕਿੱਸਾ ਸੀਗਾ ਉਹ ਇਦਾਂ ਸੀ ਜੀ ਵੀ ਮੈਂ ਕਿਹਾ ਭਾਜੀ ਵੀ ਮੇਰੇ ਏਰੀਏ 'ਚ ਤਾਂ ਕੰਮ ਕੋਈ ਘੱਟ ਚੱਲਦਾ ਹੈ ਵੀ ਇਦਾਂ ਸੱਭੇ ਚਾਰ ਕੋਈ ਗੱਲ ਨਹੀਂ ਜਿਆਦੇ ਕੋਈ ਉਹ ਕਹਿੰਦੇ ਤੂੰ ਜਾ ਦੱਸਈ ਯਾਰ ਜਦੋਂ ਗਲੀ ਗਲੀ ਤੂੰ ਘੁੰਮ ਜਾ ਕੇ ਜਦੋਂ ਤੈਨੂੰ ਲੋਕੀ ਕੰਜਰ ਕਹਿਣਗੇ ਉਦੋਂ ਸਮਝ ਰੰਗ ਚੜ ਗਿਆ ਤੇ ਫਿਰ ਅਸੀਂ ਵੀ ਗੁਰੂ ਜੀ ਨੇ ਜੋ ਸਾਨੂੰ ਕਿਹਾ ਅਸੀਂ ਉਸ ਡਿਊਟੀ ਤੇ ਪੂਰੇ ਉਤਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਜਿਆਦਾ ਮਾਨ ਮੈਨੂੰ ਮਿਲਿਆ ਜੀ ਉਹ ਮੇਰੀ ਇੰਨੀ ਮੇਰੀ ਹਸੀਅਤ ਨਹੀਂ ਜਾਂ ਮੈਂ ਉਹ ਸ਼ਬਦ ਹੀ ਨਹੀਂ ਪੜਿਆ ਕਿ ਮੈਂ ਗੁਰੂ ਦਾ ਧੰਨਵਾਦ ਕਿਦਾਂ ਕਰ ਸਕਾਂ ਔਰ ਮੈਂ ਕਿੰਨਾ ਨਾ ਲੈਗ ਹੀ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਜਦੋਂ ਮੈਂ ਬਾਜੀ ਘੋਣਾ ਕੋ ਗਿਆ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਪ੍ਰਤਾਪ ਇੱਥੋਂ ਜਦੋਂ ਸਾਡੀ ਸ਼ੁਰੂਆਤ ਹੋਈ ਹੈ ਉਹ ਬਹੁਤ ਵੱਡੀ ਗੱਲ ਹੈ ਉਹ ਸਿਰਫ ਉਹਨਾਂ ਕੋਲ ਹੀ ਰਹਿਣ ਦਿਓ ਜਿਹੜੀ ਦਜਾ ਮੇਰੇ ਕੋਲ ਜਿਹੜੀ ਸਾਡੇ ਤੇ ਕਿਰਪਾ ਹੋਈ ਹੈ ਕਿਉਂਕਿ ਉਹ ਜਾਣਦੇ ਆ ਉਹ ਤੇ ਉਹ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਸੁਰਾਂ ਦੱਸੀਆਂ ਤਾਂ ਮੈਂ ਡੈਰੀ ਘਰੋਂ ਲੈ ਗਿਆ ਸੀ ਡੈਰੀ ਦਾ ਪੈਨ ਮੈਨੂੰ ਕਹਿੰਦੇ ਯਾਰ ਇਹ ਸ਼ਬਦ ਤੂੰ ਡੈਰੀ 'ਚ ਲਿਖਣਾ ਮੈਂ ਕਿਹਾ ਭਾਜੀ ਮੈਂ ਨਲਾਇਕ ਬਹੁਤ ਆ ਕਹਿੰਦੇ ਫਿਰ ਅੱਜ ਹੀ ਲਿਖ ਲੈ ਤੇ ਅੱਗੇ ਨੂੰ ਤੂੰ ਜੋ ਵੀ ਹੈ ਅੰਦਰ ਵਾਲੀ ਡੈਰੀ ਤੇ ਲਿਖਣਾ ਔਰ ਸ਼ਰਮਾ ਜੀ ਇਹ ਮੈਂ ਕਹਿਣਾ ਚਾਹਨਾ ਕਿ ਅੱਜ ਮੈਨੂੰ ਤੁਸੀਂ 5 ਘੰਟੇ ਵੀ ਸਟੇਜ ਦਿਓ ਮੈਂ ਉਹੀ ਡੈਰੀ ਤੇ ਉਹ ਸ਼ਬਦ ਲਿਖਿਆ ਹੈ ਉਹ ਤੋਂ ਬਾਅਦ ਨਹੀਂ ਅੰਦਰ ਵਾਲੀ ਡੇਰੇ ਤੇ ਅੱਜ ਮੈਂ ਇੱਕ ਵਾਰੀ ਗੀਤ ਵਾਲ ਦੇਖਾਂ ਤਾਂ ਮੈਨੂੰ ਯਾਦ ਹੋ ਜਾਂਦਾ ਇਹ ਇਹ ਵੀ ਗੁਰੂ ਕਿਰਪਾਈ ਨੇ ਜਮਾਨ ਸਾਹਿਬ ਨਾਲ ਕੋਈ ਪਹਿਲਾ ਸ਼ੋਅ ਕਿੱਥੇ ਹੋਇਆ ਸੀ ਤੁਹਾਡਾ ਜਿੱਥੇ ਤੁਸੀਂ ਗਏ ਹੋਗੇ ਪਹਿਲੀ ਵਾਰੀ ਸ਼ੋਅ ਦੇਖੋ ਜੀ ਮੈਨੂੰ ਉਹਨਾਂ ਦੇ ਮੈਂ ਉਹਨਾਂ ਦੇ ਕੁਟਿਆ ਜੀ ਆਨੰਦ ਲਿਆ ਤੇ ਇੱਕ ਇੱਕ ਸ਼ੋਅ ਮੈਨੂੰ ਦੇਖਣ ਦਾ ਉਹਨਾਂ ਦਾ ਮਿਲਿਆ ਸਮਾਂ ਤਾਲ ਕਟੋਰਾ ਸਟੇਡੀਅਮ ਦਿੱਲੀ ਦੇ ਵਿੱਚ ਔਰ ਉਹ ਦੂ ਮੈਨੂੰ ਖੁਸ਼ੀ ਨਾਲ ਇਹਨੂੰ ਕੋਈ ਵੀ ਪਤਾ ਲੱਗਿਆ ਕਦੇ ਮੈਂ ਦੁਨੀਆ ਵਾਲ ਦੇਖਾਂ ਕਦੇ ਉਹਨਾਂ ਦੀ ਸਟੇਜ ਵਾਲ ਦੇਖਾਂ ਕਦੇ ਮੈਂ ਆਪਣੇ ਵਾਲ ਦੇਖਾਂ ਕਿ ਤੂੰ ਯਾਰ ਐਡਾ ਖੁਸ਼ ਨਸੀਬ ਹੈ ਕਿੱਥੇ ਬੈਠਾ ਕਿਉਂਕਿ ਮੇਰੇ ਲਈ ਉਹ ਬਹੁਤ ਵੱਡੀ ਗੱਲ ਹੈ ਮਾਨ ਸਾਹਿਬ ਜੀ ਦੇ ਘਰ ਲੈਣਾ ਤਾਂ ਗੱਲ ਬਹੁਤ ਉਹਨਾਂ ਦੇ ਦਰਸ਼ਨ ਕਰ ਲੈਣੇ ਉਹ ਉਹੀ ਸਾਡੇ ਲਈ ਜਿਹਨਾਂ ਪਹਾੜਾਂ ਚੋਂ ਅਸੀਂ ਨਿਕਲੇ ਆ ਤੇ ਉਹਨਾਂ ਨੇ ਤਾਂ ਸਾਨੂੰ ਆਪਣੀ ਬੁੱਕਲ ਦਾ ਨਿੱਗ ਦਿੱਤਾ ਬਠਿੰਡਾ ਏਰੀਏ ਚ ਇਦਾਂ ਜਿਵੇਂ ਇੱਥੇ ਭੋਲਾ ਜੀ ਵੀ ਸਾਡੇ ਹੈਗੇ ਨੇ ਹੋਰ ਮੇਰੇ ਮੈਜੀਸ਼ੀਨ ਹੈਗੇ ਆ ਇਧਰ ਉਹਨਾਂ ਦੇ ਮਿਲਦੇ ਰਹਿੰਨੇ ਆ ਅਸੀਂ ਕਿਉਂਕਿ ਮੇਰੇ ਗੁਰੂ ਜੀ ਦੀ ਜਨਮ ਭੂਮੀ ਤਾਂ ਬਠਿੰਡਾ ਵਿੱਚ ਪੰਦੀ ਹੈ ਨਾ ਜੀ ਭੋਲਾ ਜੀ ਤਾਂ ਬਠਿੰਡਾ ਤੇ ਹੀ ਨੇ ਸਾਡੇ ਹਾਂ ਉਹ ਭੋਲਾ ਜੀ ਬਠਿੰਡਾ ਜੀ ਭੋਲਾ ਜੀ ਨਾਲ ਸਾਡਾ ਜ਼ਿਆਦਾ ਅਸੀਂ ਅਸੀਂ ਦੇਖੋ ਗੁਰੂ ਜੀ ਦੇ ਨਾਲ ਜ਼ਿਆਦਾ ਗੱਲਬਾਤ ਨਹੀਂ ਜ਼ਿਆਦਾ ਸਾਡੀ ਹੁੰਦੀ ਅਸੀਂ ਜਿਹੜੀ ਵੀ ਉਹਨਾਂ ਨੂੰ ਜਾਣੀ ਅਸੀਂ ਭੋਲੇ ਦੇ ਥਰੂ ਜਾਂ ਦੂਸਰੇ ਸਾਜੀ ਦੇ ਥਰੂ ਜਾਣਾ ਕਿਉਂਕਿ ਅਸੀਂ ਉਹ ਸ਼ਾਗਿਰਦ ਨਹੀਂ ਹਾਂ ਮੋਢਿਆਂ ਦੇ ਉੜਕਣ ਵਾਲੇ ਤਨਹਾਉ ਗੁਰੂ ਐ ਮੋੜਿਆਂ ਤੇ ਅੜਕਾਨ ਵਾਲਾ ਹੈ ਨਾ ਜੀ ਉਹ ਗੱਲ ਅੰਦਰ ਦੀਆਂ ਹੀ ਗੱਲਾਂ ਨੂੰ ਉਹ ਵਾਲਾ ਵੀ ਕਿੱਸਾ ਤੁਸੀਂ ਸੁਣਾ ਰਹੇ ਸੀ ਕਿ ਪ੍ਰੋਗਰਾਮ ਤੇ ਇੱਥੇ ਮਾਨਸਾ ਹੁਣ ਵੀ ਆਣਾ ਸੀ ਤੁਸੀਂ ਉੱਥੇ ਉਹ ਵੀ ਚੀਜ਼ ਸਾਡੇ ਦਰਸ਼ਕ ਨੂੰ ਜਰੂਰ ਸੁਣਾਓ ਇੱਕ ਵਾਰੀ ਉਹ ਇਦਾਂ ਹੋਈ ਜੀ ਵੀ ਮਡਾਲੀ ਸ਼ਰੀਫ ਆ ਸੀ ਗਾਰੇ ਸੀ ਤੇ ਬਾਜੀ ਹੁਣ ਗੁਰਦਾਸ ਜੀ ਹੁਣਾਂ ਨੇ ਵੀ ਆਉਣਾ ਸੀ ਤੇ ਮੇਰੀ ਡਿਊਟੀ ਸੀ ਸਵੇਰੇ ਸਵੇਰੇ ਤੇ ਮੈਂ ਗਾ ਰਿਆਂ ਤਾਂ ਪੂਲਾ ਗੇਟ ਚ ਆ ਰਿਆਂ ਤੇ ਮੈਂ ਗਾ ਮੈ ਰਿਆਂ ਪੂਲੇ ਦੇ ਦਿਮਾਗ ਚ ਆਇਆ ਵੀ ਬਾਜੀ ਗੁਰਦਾਸ ਜੀ ਗਾਰੇ ਤੇਦਾ ਆਵਾਜ਼ ਪ੍ਰਮਾਤਮਾ ਵੱਲੋਂ ਆਈ ਹੈ ਜੇ ਕੋਈ ਤੇ ਉਹ ਭੋਲਾ ਜਦੋਂ ਆਇਆ ਤੇ ਅੱਗੇ ਗਾ ਰਿਹਾ ਸੀ ਮੈਂ ਤਾਂ ਮੈਨੂੰ ਕਹਿੰਦਾ ਯਾਰ ਤੂੰ ਤਾਂ ਮੈਨੂੰ ਅੱਜ ਮਾਰਤਾ ਵੀ ਮੈਂ ਤਾਂ ਸੋਚ ਰਿਹਾ ਭਾਜੀ ਡਿਊਟੀ ਲਾ ਰਿਹਾ ਤਾਂ ਮੈਂ ਲੇਟ ਹੋ ਗਿਆ ਸੀ ਤੇ ਫਿਰ ਉੱਥੇ ਹੀ ਬੈਠਿਆ ਭਾਜੀ ਗੁਰਦਾਸ ਜੀ ਵੀ ਆ ਗਏ ਸਾਰੇ ਅਸੀਂ ਮਿਲੇ ਮਤਲਬ ਮੈਂ ਭੁੱਲ ਭੋਲੇ ਦੇ ਥਰੂ ਹੀ ਪਹੁੰਚਦਾ ਭਾਜੀ ਤੱਕ ਜਦੋਂ ਵੀ ਪਹੁੰਚਣਾ ਹੋ ਕੋਈ ਮੇਰਾ ਮੈਸੇਜ ਜਾਂ ਕੋਈ ਇੱਕ ਮੁੰਡਾ ਢੋਲੀ ਆ ਉਹਨਾਂ ਦਾ ਉਹਨਾਂ ਦੇ ਥਰੂ ਉਹਨਾਂ ਨੂੰ ਪੁੱਛਣਾ ਭਾਜੀ ਜੀ ਕਿੱਥੇ ਜੋ ਦਰਸ਼ਨ ਮੇਲੇ ਕਰਨ ਦਾ ਮੂਡ ਬਣਦਾ ਹੈ ਤਾਂ ਉਹਨਾਂ ਦੇ ਥਰੂ ਜਾਇਦਾ ਮੈਂ ਕੋਈ ਉਹਨਾਂ ਦਾ ਨਾਂ ਫੋਨ ਰੱਖਿਆ ਹੈ ਨਾ ਕੋਈ ਮੈਨੂੰ ਪਤਾ ਹੈ ਉਹ ਕਿੱਥੇ ਰਹਿੰਦੇ ਨੇ ਕੀ ਹੈ ਲੇਕਿਨ ਇਸ਼ਕ ਚੱਲੇ ਜਾਗਦਾ ਤਾਂ ਫਿਰ ਮਿਲ ਜਾਂਦੀ ਹੈ ਸਰ ਇਹ ਕਿਹੜੇ ਕਿਹੜੇ ਹੋਰ ਪੰਜਾਬੀ ਗਾਇਕਾਂ ਦੇ ਨਾਲ ਤੁਸੀਂ ਆਪਣਾ ਸਟੇਜ ਸਾਂਝੀ ਕਰ ਚੁੱਕੇ ਹੋ ਕਿੱਥੇ ਕਿੱਥੇ ਕਰ ਚੁੱਕੇ ਹੋ ਮੈਂ ਜੀ ਇੱਕ ਤੁਹਾਨੂੰ ਬੜੀ ਖੂਬਸੂਰਤ ਗੱਲ ਦੱਸਣੀ ਚਾਹਨਾ ਕਿ ਮੁਹੰਮਦ ਸਦੀਕ ਜੀ ਜਿਹੜੇ ਗਾਇਕ ਹਨ ਰਣਜੀਤ ਕੌਰ ਵੀ ਬੀਜ਼ੀ ਉਹਨਾਂ ਨਾਲ ਵੇਖ ਕੇ ਅਸੀਂ ਕਲਾਕਾਰ ਬਣਨ ਦੀ ਕੋਸ਼ਿਸ਼ ਕੀਤੀ ਉਹ ਉਹ ਬੰਦਿਆਂ ਨੇ ਮੈਨੂੰ ਜਦੋਂ ਸੁਣਿਆ ਸੁਣਨਾ ਦਾ ਉਹਨਾਂ ਨੂੰ ਮੈਂ ਸੀ ਉਹ ਮੈਨੂੰ ਸੁਣ ਰਹੇ ਐ ਅੱਛਾ ਜੀ ਮਤਲਬ ਉਹ ਇੱਕ ਸਟੇਜ ਸੀ ਲੁਧਿਆਣੇ 'ਚ ਮੈਨੂੰ ਉਹਨਾਂ ਨੇ ਬੁਲਾਇਆ ਲੈ ਕੇ ਗਏ ਤਾਂ ਉਹ 8-10 ਸਟੇਜਾਂ ਲੱਗੀਆਂ ਦਿਨ 'ਚ ਇਲੈਕਸ਼ਨ ਦਾ ਦੌਰ ਸੀ ਉਹ ਸਾਰੀਆਂ ਸਟੇਜਾਂ ਤੇ ਮੈਨੂੰ ਅੱਗੇ ਬਹਿ ਕੇ ਦੋਨੋਂ ਸੁਣ ਰਹੇ ਤੇ ਮੈਨੂੰ ਉਹਨਾਂ ਨੇ ਅਦੋ ਅਸ਼ੀਰਵਾਦ ਉਹਨਾਂ ਨੇ ਵੀ ਦਿੱਤਾ ਹੈ ਪ੍ਰਤਾਪ ਯਾਰ ਤੂੰ ਜਮਾਨੇ ਨੂੰ ਲੁੱਟ ਕੇ ਖਾ ਸਕਦਾ ਤੇਰੀ ਗਾਇਕੀ ਤੇਰਾ ਇਹ ਬਹੁਤ ਅੱਛਾ ਹੈ ਤੇ ਇੱਕ ਦੋ ਉਹਨਾਂ ਨੇ ਮੈਨੂੰ ਦੱਸੇ ਵੀ ਜਿਹੜੇ ਗੱਲਾਂ ਪਰ ਉਹ ਮੈਂ ਉਹ ਕੈਮਰੇ 'ਕਿ ਨਹੀਂ ਦੱਸਾਂ ਹਾਂਜੀ ਚਲੋ ਤੇ ਕਹਿੰਦਾ ਬਾ ਫਿਰ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਮੈਨੂੰ ਪਹਿਲੀ ਵਾਰ ਅਮਰੀਕਾ ਉਹ ਲੈ ਕੇ ਗਏ ਅੱਛਾ ਮੁਹੰਮਦ ਸਦੀਕ ਜੀ ਬੀਬੀ ਰਣਜੀਤ ਕੌਰ ਜੀ ਲੈ ਕੇ ਗਏ ਪ੍ਰਤਾਪ ਰਮਲਾ ਜੀ ਇਹ ਐਸਾ ਉਹਦਾ ਰਹਿ ਹਾਈ ਸਕਰੀ ਜਗ੍ਹਾ ਦੀ ਤੁਹਾਡੀ ਆਪਣੀ ਮੇਰੀ ਰਿਹائش ਹੈਗੀ ਜੀ ਆਫਿਸ ਮੇਰਾ ਮਕੇਰੀਆਂ ਸ਼ਹਿਰ ਤਮਕੇਰੀਆਂ ਦੇ ਲਾਗੇ ਮੇਰਾ ਇੱਕ ਛੋਟਾ ਜਿਹਾ ਪਿੰਡ ਹੈ ਜੁਗਿਆਲ ਹਾਜੀਪੁਰ ਬਲੌਕ ਚ ਪੰਦਾ ਹੈ ਤਲਵਾੜਾ ਬਲੌਕ ਹੈ ਸਾਡਾ ਹਾਂਜੀ ਉੱਥੇ ਦੇ ਰਿਆਣ ਵਾਲੇ ਸੀ ਕੰਡੀ ਏਰੀਆ ਡਿਸਟ੍ਰਿਕਟ ਉਹ ਹਸ਼ਾਰਪੁਰ ਦੇਖੋ ਜੀ ਉਹਨਾਂ ਦੀ ਕਿਰਪਾ ਦੇ ਨਾਲ ਗੁਰੂ ਜੀ ਦੀ ਕਿਰਪਾ ਦੇ ਨਾਲ ਮੈਂ ਗਾਇਕ ਨਹੀਂ ਐ ਮੈਂ ਆਪਣੇ ਆਪ ਨੂੰ ਕਹਾ ਕਿ ਮੈਂ ਬੜਾ ਫਨਕਾਰ ਐ ਉਹਨਾਂ ਦੀ ਕਿਰਪਾ ਹੈ ਮੇਰੇ ਅੰਦਰ ਇਹਦਾ ਬੋਲਦੀ ਹੈ ਉਹ ਕੌ ਕਿ ਲਾ ਬੁਲਾਉਂਦਾ ਕਦੋਂ ਬੁਲਾਉਂਦਾ ਸਿਰ ਉਹ ਹੀ ਜਾਣਦੇ ਪਰ ਇਹ ਮੈਨੂੰ ਪਤਾ ਮੇਰਾ ਕੱਦ ਸਟੇਜ ਤੇ ਜਾ ਕੇ 12 ਫੁੱਟ ਹੋ ਜਾਂਦਾ 6 ਫੁੱਟ ਦਾ ਮੈਂ ਵੈਸੇ ਹੀ ਹਾਂ ਉਹਨਾਂ ਦਾ ਜਦੋਂ ਨਾਂ ਲਈਦਾ ਉਹਨਾਂ ਦਾ ਕਿਉਂਕਿ ਉਹ ਮੈਨੂੰ ਬਹੁਤ ਉਹਨਾਂ ਦਾ ਦਿਲੋਂ ਅਸ਼ੀਰਵਾਦ ਹੈ ਮੈਂ ਉੱਥੇ ਤੇ ਹੋਰ ਪੰਜਾਬੀ ਗਾਇਕਾਂ ਦੇ ਨਾਲ ਤੁਸੀਂ ਆਪਣਾ ਸਟੇਜ ਸਾਂਝੀ ਕਰ ਚੁੱਕੇ ਹੋ ਕਿੱਥੇ ਕਿੱਥੇ ਕਰ ਚੁੱਕੇ ਹੋ ਮੈਂ ਇੱਕ ਤੁਹਾਨੂੰ ਬੜੀ ਖੂਬਸੂਰਤ ਗੱਲ ਦੱਸਣੀ ਚਾਹਨਾ ਕਿ ਮੁਹੰਮਦ ਸਦੀਕ ਜੀ ਜਿਹੜੇ ਗਾਇਕ ਹਨ ਰਣਜੀਤ ਕੌਰ ਬੀਬੀ ਜੀ ਉਹਨਾਂ ਨਾਲ ਵੇਖ ਕੇ ਅਸੀਂ ਕਲਾਕਾਰ ਬਣਨ ਦੀ ਕੋਸ਼ਿਸ਼ ਕੀਤੀ ਉਹ ਉਹ ਬੰਦਿਆਂ ਨੇ ਮੈਨੂੰ ਜਦੋਂ ਸੁਣਿਆ ਸੁਣਨਾ ਤਾਂ ਉਹਨਾਂ ਨੂੰ ਮੈਂ ਸੀ ਉਹ ਮੈਨੂੰ ਸੁਣ ਰਿਹਾ ਅੱਛਾ ਜੀ ਮਤਲਬ ਉਹ ਇੱਕ ਸਟੇਜ ਲੁਧਿਆਣੇ ਚ ਮੈਨੂੰ ਉਹਨਾਂ ਨੇ ਬੁਲਾਇਆ ਲੈ ਕੇ ਗਏ ਤਾਂ ਉਹ 8-10 ਸਟੇਜਾਂ ਲੱਗੀਆਂ ਦਿਨ ਚ ਇਲੈਕਸ਼ਨ ਦਾ ਦੌਰ ਸੀ ਉਹ ਸਾਰੀਆਂ ਹੀ ਸਟੇਜਾਂ ਤੇ ਮੈਨੂੰ ਅੱਗੇ ਬਹਿ ਕੇ ਦੋਨੋਂ ਸੁਣ ਰਹੇ ਤੇ ਮੈਨੂੰ ਉਹਨਾਂ ਨੇ ਅਦੋ ਅਸ਼ੀਰਵਾਦ ਉਹਨਾਂ ਨੇ ਵੀ ਦਿੱਤਾ ਵੀ ਪ੍ਰਤਾਪ ਯਾਰ ਤੂੰ ਜ਼ਮਾਨੇ ਨੂੰ ਲੁੱਟ ਕੇ ਖਾ ਸਕਦਾ ਤੇਰੀ ਗਾਇਕੀ ਤੇਰਾ ਇਹ ਬਹੁਤ ਅੱਛਾ ਹੈ ਤੇ ਇੱਕ ਦੋ ਉਹਨਾਂ ਨੇ ਮੈਨੂੰ ਦੱਸੇ ਵੀ ਜਿਹੜੇ ਗੱਲਾਂ ਪਰ ਉਹ ਮੈਂ ਉਹ ਕੈਮਰੇ ਕਿ ਨਹੀਂ ਦੱਸਾਂ ਹਾਂਜੀ ਕਹਿਣ ਦਾ ਬਾ ਫਿਰ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਮੈਨੂੰ ਪਹਿਲੀ ਵਾਰ ਅਮਰੀਕਾ ਉਹ ਲੈ ਕੇ ਗਏ ਅੱਛਾ ਮੁਹੰਮਦ ਸਦੀਕ ਜੀ ਬੀਬੀ ਰਣਜੀਤ ਕੌਰ ਜੀ ਲੈ ਕੇ ਗਏ ਕਰਤਾਰ ਰਮਲਾ ਜੀ ਤੇ ਇਸ ਤਾਂ ਰਿਹائش ਕਿਹੜੀ ਜਗ੍ਹਾ ਦੀ ਤੁਹਾਡੀ ਆਪਣੀ ਮੇਰੀ ਰਿਹائش ਹੈਗੀ ਜੀ ਆਫਿਸ ਮੇਰਾ ਮਕੀਰੀਆਂ ਸ਼ਹਿਰ ਤੇ ਮਕੀਰੀਆਂ ਦੇ ਲਾਗੇ ਮੇਰਾ ਇੱਕ ਛੋਟਾ ਜਿਹਾ ਪਿੰਡ ਹੈ ਜੁਗਿਆਲ ਹਾਜੀਪੁਰ ਬਲੌਕ ਚ ਪੈਂਦਾ ਹੈ ਤਲਵਾੜਾ ਬਲੌਕ ਹੈ ਸਾਡਾ ਹਾਂਜੀ ਉੱਥੇ ਰਹਿਣ ਵਾਲੇ ਹਾਂ ਜੀ ਕੰਡੀ ਏਰੀਆ ਡਿਸਟ੍ਰਿਕਟ ਉਹ ਸ਼ਾਰਪਰ ਦੇਖੋ ਜੀ ਉਹਨਾਂ ਦੀ ਕਿਰਪਾ ਦੇ ਨਾਲ ਗੁਰੂ ਜੀ ਦੀ ਕਿਰਪਾ ਦੇ ਨਾਲ ਮੈਂ ਗਾਇਕ ਨਹੀਂ ਐ ਮੈਂ ਆਪਣੇ ਆਪ ਨੂੰ ਕਹਾ ਕਿ ਮੈਂ ਬੜਾ ਫਨਕਾਰ ਐ ਉਹਨਾਂ ਦੀ ਕਿਰਪਾ ਹੈ ਮੇਰੇ ਅੰਦਰ ਐ ਦਾ ਬੋਲਦੀ ਐ ਉਹ ਕੌ ਕਿ ਲ ਬੁਲਾਉਂਦਾ ਕਦੋਂ ਬੁਲਾਉਂਦਾ ਸਿਰ ਉਹ ਹੀ ਜਾਣਦੇ ਪਰ ਇਹ ਮੈਨੂੰ ਪਤਾ ਮੇਰਾ ਕਦ ਸਟੇਜ ਤੇ ਜਾ ਕੇ 12 ਫੁੱਟ ਹੋ ਜਾਂਦਾ 6 ਫੁੱਟ ਦਾ ਮੈਂ ਵੈਸੇ ਹੀ ਐ ਉਹਨਾਂ ਦਾ ਜਦੋਂ ਨਾਂ ਲਈਦਾ ਉਹਨਾਂ ਦਾ ਕਿਉਂਕਿ ਉਹ ਉਹ ਮੈਨੂੰ ਬਹੁਤ ਉਹਨਾਂ ਦਾ ਦਿਲੋਂ ਅਸ਼ੀਰਵਾਦ ਐ ਮੈਂ ਉੱਥੇ ਤੱਕ ਹੁਣ ਉਹਨਾਂ ਦੀ ਕਿੰਨੀਕ ਤਾਰੀਫਾਂ ਮੈਂ ਕਰ ਨਹੀਂ ਸਕਦਾ ਉਹ ਮੇਰਾ ਮਤਲਬ ਬਹੁਤ ਛੋਟਾ ਮੂੰਹ ਹੈ ਕੋਈ ਹੋਰ ਆਖਿਰ ਚ ਕੋਈ ਵਧੀਆ ਕਿੱਸਾ ਕੋਈ ਮਾਨ ਸਾਹਿਬ ਨਾਲ ਕੋਈ ਪੁਰਾਣੀ ਯਾਦ ਕੋਈ ਸਾਂਝੀ ਕਰਨੇ ਚਾਹੁੰਦਾ ਮੈਂ ਨਾ ਹੁਣ ਇੱਕ ਗੀਤ ਕੱਢਿਆ ਜਦੋਂ ਐਕਸੀਡੈਂਟ ਤੋਂ ਬਾਅਦ 15 16 ਜੀ ਹੋ ਗਈ ਸਹੀ ਉਹ ਮਰੀਦ ਮੈਂ ਫਕੀਰ ਦੀ ਤੇ ਮੈਂ ਭਾਜੀ ਉਹਨਾਂ ਨੂੰ ਸਪੈਸ਼ਲ ਗਿਆ ਚੰਡੀਗੜ੍ਹ ਮੈਂ ਭਾਜੀ ਮੈਨੂੰ ਅਸ਼ੀਰਵਾਦ ਦਿਓ ਵੀ ਮੈਂ ਫਿਰ ਮੁੜ ਕੇ ਕਰਨਾ ਚਾਹੁੰਦਾ ਉਹ ਕਹਿੰਦੇ ਆਸ਼ੀਰਵਾਦ ਤੇਰੇ ਨਾਲ ਪਹਿਲੇ ਵੀ ਤੇਰੇ ਨਾਲ ਸੀ ਹੁਣ ਵੀ ਤੇਰੇ ਨਾਲ ਹੈ ਸਾਡਾ ਆਸ਼ੀਰਵਾਦ ਤੋਂ ਫਿਰ ਮੇਰੀ ਬੈਟਰੀ ਚਾਰਜ ਹੋ ਜਾਂਦੀ ਹੈ ਨਾ ਜਦੋਂ ਕੋਈ ਮੈਂ ਉਹਨਾਂ ਦੀ ਗੱਲ ਸੁਣਦਾ ਕੋਈ ਇੰਟਰਵਿਊ ਸੁਣਦਾ ਮੈਂ ਜੋ ਵੀ ਸਿੱਖਿਆ ਜੋ ਵੀ ਮੈਂ ਹਾਂ ਉਹਨਾਂ ਦੇ ਗੀਤਾਂ ਵਿੱਚੋਂ ਮੇਰੇ ਘਰ ਗੁਰਬਾਣੀ ਮੇਰੇ ਘਰ ਕੋਈ ਰਮੈਣ ਦੇ ਪਾਠ ਨਹੀਂ ਹੁੰਦੇ ਅਸੀਂ ਉਹਨਾਂ ਨੂੰ ਸੁਣਦੇ ਕੋਈ ਵਧੀਆ ਜੀ ਕੋਈ ਦੋ ਤਿੰਨ ਲਾਈਨਾਂ ਤੁਸੀਂ ਸੁਣਾਣਾ ਚਾਹਦੇ ਹੋ ਸਾਡੇ ਦਰਸ਼ਕਾਂ ਨੂੰ ਹਾਂ ਸੁਣਾ ਦਿੰਨੇ ਜੀ ਭਾਜੀ ਤਾਂ ਕਿ ਮੈਂ ਸੱਜਣਾ ਵੇ ਸੱਜਣਾ ਤੁਹਾਨੂੰ ਸੁਣਾਣਾ ਚਾਹਣਾ ਕਿਉਂਕਿ ਜਿਹੜਾ ਉਹਨਾਂ ਦਾ ਗੀਤ ਤੋਂ ਪ੍ਰਭਾਵਿਤ ਹੋ ਕੇ ਮੈਂ ਹਾਂਜੀ ਹਾਂਜੀ ਇੱਦਾਂ ਹੀ ਸੁਣਾਉ ਰਿਹਾ ਹਾਂ ਇੱਦਾਂ ਹੀ ਇਹ ਇਹੀ ਗੀਤ ਹੈ ਜਿਹੜਾ ਮੈਨੂੰ ਉਹਨਾਂ ਦੇ ਨਾਲ ਲੈ ਕੇ ਗਿਆ ਉਹਨਾਂ ਤੱਕ ਮੈਂ ਪਹੁੰਚਿਆ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਕਿੰਨੀ ਚੰਗੀ ਲੱਗਦੀ ਦੁਪਹਿਰ ਫੇਰ ਵੀ ਪਤਾ ਨਹੀਂ ਕਾ ਤੋਂ ਮੋਝੇ ਹਈ ਆਈ ਜਾਂਦਾ ਭਾਵੇਂ ਸਾਡੇ ਸੜ ਗਏ ਨੇ ਪੈਰ ਭਾਵੇਂ ਸਾਡੇ ਉੱਜ ਗੇਣੇ ਪੈਰ ਸਜਣਾ ਵੇ ਸਜਣਾ ਵੇ ਸਜਣਾ ਬਹੁਤ ਬਹੁਤ ਧੰਨਵਾਦ ਜੀ ਇਹ ਇੱਕ ਚੀਜ਼ ਤੁਸੀਂ ਗੱਲ ਕਰ ਰਹੇ ਸੀ ਕਿਉਂਕਿ ਉਹਨੂੰ ਪੰਜਾਬ ਦੀ ਸਰਕਾਰ ਨੇ ਵੀ ਕਿਹਾ ਕਿ ਜਿਹੜੇ ਨਸ਼ੇ ਦੇ ਜਾਂ ਅਸਲਿਆਂ ਨੂੰ ਪ੍ਰਮੋਟ ਕਰਨ ਵਾਲੇ ਗੈਂਗਸਟਰ ਬਾਦ ਨੂੰ ਜਿਹੜੇ ਬੜਾਵਾ ਦੇ ਨਾਲੇ ਗਾਇਕ ਹੈ ਗਿਆ ਉਹ ਗੀਤਾਂ ਤੋਂ ਪਰਹੇਜ਼ ਕਰਨ ਤੁਹਾਨੂੰ ਲੱਗਦਾ ਹੈ ਕਿ ਇਹ ਫੈਸਲਾ ਸਹੀ ਹੈ ਲੋਕ ਗਾਇਕਾਂस्ते ਜਿਹੜਾ ਚੰਗੀ ਚੰਗੀ ਗਾਇਕੀ ਜਿਹੜੇ ਗਾਇਕ ਕਰਦੇ ਨੇ ਹਾਂ ਉਹਨਾਂ ਦੇ ਲਈ ਤਾਂ ਇਹ ਸਮਝ ਲਓ ਕਿ ਉਹਨਾਂ ਦਾ ਫਿਰ ਦੁਬਾਰਾ ਜਨਮ ਹੋਇਆ ਹੈ ਮਗਰਾ ਚੰਗੀ ਗੱਲ ਕਹੀਏ ਚੰਗੀ ਸੁਣੀਏ ਇਹੀ ਸਾਡੇ ਗੁਰੂਆਂ ਪੀਰਾਂ ਨੇ ਦੱਸਿਆ ਪਰ ਹੁਣ ਉਸ ਸਮੇਂ ਨੇ ਪਤਾ ਨਹੀਂ ਕਿ ਕਿਨੇ ਨਜ਼ਰ ਲਾਈ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬੀ ਸਭਿਆਚਾਰ ਨੂੰ ਹੁਣ ਫਿਰ ਮੁੜ ਕੇ ਭਗਵਾਨ ਦੀ ਕਿਰਪਾ ਹੋਈ ਹੈ ਤੇ ਚਲੋ ਸਾਡੇ ਵਰਗੇ ਵੀ ਨਹੀਂ ਤਾਂ ਅਸੀਂ ਤਾਂ ਡਰਸਾ ਛੱਡੋ ਬੈਠੇ ਰਹੇ ਵੀ ਹੁਣ ਸ਼ਾਇਦ ਇਸ ਜਨਮ 'ਚ ਨਾ ਹੀ ਪਹਿਣਾ ਹੈ ਲੇਕਿਨ ਫਿਰ ਪਰਮਾਤਮਾ ਨੇ ਇੱਕ ਆਹਸ ਭਗਵੰਤ ਮਾਨ ਜੀ ਨੇ ਸਾਡੇ ਕਿਉਂਕਿ ਉਹ ਸਾਡੇ ਆਰਟਿਸਟ ਭਰਾ ਨੂੰ ਸਾਡੇ ਦਰਦ ਨੂੰ ਸਮਝਦੇ ਹਨ ਕੋ ਗਾਣ ਵਾਲਾ ਸਾਡਾ ਦਰਦ ਕੀ ਹੈ ਦੀ ਲੋਕੋਕੀ ਮੈਸੇਜ ਹੋਵੇ ਮੈਸੇਜ ਤਾਂ ਇਹੀ ਦੇਣਾ ਚਾਹੁੰਦੇ ਆ ਯਾਰ ਅਸੀਂ ਮੈਸੇਜ ਤਾਂ ਦੇਣ ਜੋਗੇ ਹੈ ਨਹੀਂ ਐ ਪਰ ਇਹ ਕਹਿਣਾ ਚਾਹੁੰਦੇ ਨੇ ਚੰਗਾ ਖਾਓ ਚੰਗਾ ਪੈਨੋ ਚੰਗਾ ਸੁਣੋ ਸਾਡੇ ਗੁਰੂ ਜੀ ਵੀ ਇਹੀ ਕਹਿੰਦੇ ਚੰਗੀ ਚੰਗੀ ਗੱਲ ਤੇ ਚੰਗੀ ਚੰਗੀਤ ਤਾਂ ਹੀ ਬਣਦੀ ਹੈ ਨਾ ਜੇ ਕੋ ਚੰਗੇ ਹੁਣ ਚੰਗੇ ਮਾਪੇ ਦਾ ਜੇ ਤੁਸੀਂ ਪੋਤੋਂ ਤੇ ਗੱਲ ਚੰਗੀ ਕਰਨੀ ਚਾਹੀਦੀ ਚੰਗੇ ਗੁਰੂ ਦੇ ਪੋਤੋਂ ਨਿਸ਼ਾਨੀ ਹੋਰ ਕਿਹੜੀ ਹੈ ਗੁਰੂ ਦੀ ਇਹੀ ਹੈ ਨੇ ਤੇ ਅਸੀਂ ਮਾਪੇ ਵੀ ਸਾਡੇ ਅੱਛੇ ਪਰਿਵਾਰ ਚ ਅਸੀਂ ਜਨਮ ਲਿਆ ਅੱਗੇ ਗੁਰੂ ਸਾਨੂੰ ਉਹ ਮਿਲੇ ਔਰ ਮੇਰੇ ਗੁਰੂ ਮੇਰੇ ਸਤ ਗੁਰੂ ਨੂੰ ਕਿਹਨੇ ਜੀ ਸ਼ਰਮਾ ਜੀ ਸ਼ਰਮਾ ਜੀ ਦਾ ਅਸੀਂ ਉਹ ਮੈਂ ਨਾਮ ਲਿਆ ਤੇ ਮੈਨੂੰ ਉਹਨਾਂ ਨੇ ਸ਼ਬਦ ਜਿਹੜਾ ਰਿਆਜ ਨੂੰ ਦਿੱਤੇ ਸੀ ਉਹੀ ਮੈਨੂੰ ਅਦੋਂ ਪਤਾ ਲੱਗਿਆ 20 ਸਾਲ ਬਾਅਦ ਕਿ ਉਹੀ ਸ਼ਬਦ ਉਹ ਉਹਨਾਂ ਨੇ ਬਾਜੇ ਦੇ ਦੱਸੇ ਔਰ ਬਕਾਇਦਾ ਉਹਨਾਂ ਨੇ ਮੈਨੂੰ ਕਿਹਾ ਇੱਕ ਨਮਾਜ਼ੀ ਤੇ 100 ਨਹੀਂ ਇੱਕ ਰਿਆਜੀ ਤੇ ਸੋਨ ਮਾਜੀ ਸੋਨਵਾਜ਼ ਵਾਰ ਪੜੀ ਤੇ ਇੱਕ ਵਾਰੀ ਰਿਆਜ ਸੁਰ ਚ ਐਨੀਆਂ ਗੱਲਾਂ ਜਿਹਨਾਂ ਨੇ ਦਸੀ ਹੁਣ ਉਹ ਫਿਰ ਸਤਗੁਰੀ ਹੋ ਸਕਦੇ ਗੁਰਦਾਸ ਮਾਨ ਸਾਹਿਬ ਦੇ ਪੁਰਾਣੇ ਸਾਥੀ ਰਹੇ ਨੇ ਤੇ ਕਹਿ ਲਈ ਉਹਨਾਂ ਦੇ ਸ਼ਗਿਰ ਦੇ ਵੀ ਨੇ ਤਾਂ ਲੋਕ ਗਾਇਕੀ ਦੇ ਵਿੱਚ ਇਹਨਾਂ ਨੂੰ ਇਹਨਾਂ ਦਾ ਆਪਣੀ ਇੱਕ ਵੱਖਰੀ ਪਛਾਣ ਸੀ ਮਾਨ ਸਾਹਿਬ ਦੇ ਨਾਲ ਪਰਿਵਾਰਕ ਦੇ ਤੌਰ ਤੇ ਦੋ ਸਾਲ ਇਹਨਾਂ ਰਹੇ ਸ਼ਾਗਿਰਦੀ ਹਾਸਲ ਉਤੋਂ ਸ਼ਾਗਿਰਦ ਰਹੇ ਨਹੀਂ ਉਹਨਾਂ ਦੇ ਤਾਂ ਹੁਣ ਕਹਿ ਲੀਏ ਕਿ ਇਹਨਾਂ ਦੇ ਵਰਗੇ ਲੋਕ ਗਾਇਕ ਜਿਹੜੇ ਪੰਜਾਬ ਦੇ ਵਿੱਚ ਚੰਗੀ ਗਾਇਕੀ ਪਹਿਲਾਂ ਵੀ ਕਰਦੇ ਰਹੇ ਨੇ ਤਾਂ ਲੋਕ ਗਾਇਕੀ ਪੰਜਾਬ ਦੇ ਸੱਭਿਆਚਾਰਕ ਗੀਤ ਲੈ ਕੇ ਆਦੇ ਰਹੇ ਤਾਂ ਹੁਣ ਇੱਕ ਵਾਰੀ ਫੇਰ ਇਹਨਾਂ ਨੂੰ ਉਮੀਦ ਜਗਈਏ ਕਿ ਜਿਹੜਾ ਸਰਕਾਰ ਦਾ ਫੈਸਲਾ ਹੈਗਾ ਕਿ ਜਿਹੜੇ ਪੜਕਾਉ ਨਸ਼ੇ ਨੂੰ ਬੜਾਵਾ ਦੇਣ ਵਾਲੇ ਗੈਂਗਸਟਰ ਬਾਦ ਜਿਹੜੇ ਗੀਤ ਗਾਣ ਵਾਲੇ ਗਾਇਕ ਹੈਗੇ ਉਹਨਾਂ ਨੂੰ ਜਿਹੜੀ ਠੱਲ ਪਾਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਤਾਂ ਗਾਇਕਾਂ ਨੂੰ ਵੀ ਉਮੀਦ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦਾ ਜਿਹੜਾ ਕਲਚਰ ਹੈ ਉਹਨੂੰ ਵਧੀਆ ਕਰੂਗਾ ਤੇ ਜਿਹੜੇ ਅਸੀਂ ਸਭਾਚਾਰ ਗੀਤਾਂ ਨੂੰ ਕਹਿ ਲਈ ਕਿ ਪਿੱਛੇ ਕਰ ਦਿੱਤਾ ਤਾਂ ਦੁਬਾਰਾ ਫੇਰ ਉਹ ਦੌਰ ਰਹੂਗਾ ਤਾਂ ਹੁਣ ਇਹ ਗੁਰਦਾਸ ਮਾਨ ਸਾਹਿਬ ਦੀਆਂ ਕਾਫੀ ਗੱਲਾਂ ਇਹਨਾਂ ਨੇ ਦਸੀਆਂ ਤੇ ਉਮੀਦ ਕਰਦੇ ਹਾਂ ਲੋਕ ਵੀ ਸਾਡੇ ਪੰਜਾਬ ਦੇ ਸਭਾਚਾਰ ਗੀਤਾਂ ਨੂੰ ਸੁਣਣਗੇ ਤਾਂ ਕਿ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਉਹ ਚੰਗਾ ਬਣਿਆ ਰਵੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਡੇਲੀ ਪੋਸਟ ਪੰਜਾਬੀ ਬਠਿੰਡਾ